आम आदमी पार्टी की सरकार वालों पिछली सरकार दौरान जारी किए फंड वापस मंगवाउन ते कांग्रेस ने सरकार नु घेरिया। होशियारपुर च कांग्रेस विधायक चबेवाल की अगुवाई विच धरना लाया गया ते मंग कीती गई कि बरसात दे मौसम दे मद्देनजर घट्टो घट पक्के मकानां दे लई पिछली सरकार वालों जारी फंड सरकार वापस ना मंगवाए। साडे हलके च करीब 5000 दे करीब जिहड़ियां लोकां दे घर है ओह कच्चे ने, कच्चियां छत्तां ने और काफ़ी छत्तां जिहड़ियां बहुत देर दियां बणियां होईयां चौंदियां भी ने, लोग बहुत गरीब ने और साडी सरकार नूं बेनती उपरंत साडी सरकार ने कृपा की कि लगभग 6.5 करोड़ रुपया जिहड़ा ओह कच्चियां छत्तां दी रिपेयर दे लई ते ओह उस दे लई रिलीज़ किया गया और उहदे विचों असीं करीब करीब 5 करोड़ रुपया जिहड़ा 3000 लोगों नूं ਉਹ 3000 ਪਰਿਵਾਰਾਂ ਨੂੰ ਅਸੀਂ ਵੰਡ ਚੁੱਕੇ ਹਾਂ ਔਰ ਕੁਦਰਤੀ ਕੀ ਹੋਇਆ ਕਿ ਕੋਡ ਆਫ ਕੰਡਕਟ ਲੱਗ ਗਿਆ ਔਰ ਉਸ ਤੋਂ ਬਾਅਦ ਉਹ ਪੈਸੇ ਜਿਹੜੇ ਸੀ ਕੁਝ 1000 ਲੋਕਾਂ ਦੇ ਕਰੀਬ ਜਿਹੜੇ ਵੰਡਣ ਵਾਲੇ ਉਹ ਰਹਿੰਦੇ ਆ ਕਰੀਬ 1.5 ਕਰੋੜ ਰੁਪਈਆ ਜਿਹੜਾ ਉਹ ਸਾਡਾ ਰਹਿੰਦਾ ਅਤੇ ਹੁਣ ਇਹ ਇਹਨੇ ਵੰਡਦੇ ਸਾਰੇ ਇਹਨਾਂ ਨੇ ਇੱਕੋ ਐਲਾਨ ਕਰਤਾ ਵੀ ਜਿਹੜੇ ਪੈਸੇ ਸਰਪੰਚਾਂ ਦੇ ਖਾਤੇ 'ਚ ਪਏ ਆ ਉਹਨਾਂ ਨੂੰ ਵਾਪਸ ਮੰਗਵਾਇਆ ਜਾਵੇ। ਪਹਿਲੀ ਗੱਲ ਤਾਂ ਇਹ ਵੀ ਫੰਡ ਜਿਹੜੇ ਅਸੀਂ ਦੇ ਚੁੱਕੇ ਹਾਂ ਉਹਨਾਂ ਨੂੰ ਪੰਚਾਇਤ ਜਦੋਂ ਸਰਪੰਚਾਂ ਦੇ ਖਾਤੇ 'ਚ ਪਏ ਤਾਂ ਉਹਨਾਂ ਨੂੰ ਮੰਗਵਾਉਣ ਦਾ ਤੋਕੇ ਕੋਈ ਨਹੀਂ। ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਤੇ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਉਹਨਾਂ ਨੂੰ ਵੀ ਕਿ ਆਪਾਂ ਸਰਕਾਰ ਜਿਹੜੀ ਆ ਲੋਕਾਂ ਦੀ ਬਿਹਤਰੀ ਲਈ ਹੁੰਦੀ ਆ। ਸੋ ਇਹ ਜਿਹੜੇ ਕੱਚੀਆਂ ਛੱਤਾਂ ਦੇ ਰਿਪੇਅਰ ਦੇ ਲਈ ਪੈਸੇ ਆਏ ਆ, ਬਾਕੀ ਪੈਸੇ ਤੁਸੀਂ ਲੈਣੇ ਆ ਲੈ ਲਓ ਕੋਈ ਗੱਲ ਨਹੀਂ, ਉਹ ਕਿਉਂਕਿ ਪਿੰਡਾਂ ਦੇ ਪ੍ਰੋਜੈਕਟ ਜਿਹੜੇ ਸਾਂਝੇ ਪ੍ਰੋਜੈਕਟ ਉਹ ਰੁਕ ਸਕਦੇ ਆ ਪਰ ਜਿਹੜੇ ਲੋਕਾਂ ਦੀ ਆਪਣੀ ਗੱਲ ਹੈ ਉਹ ਉਹਨਾਂ ਨੂੰ ਰੋਕਣਾ, ਜਿਹੜੇ ਵਿਚਾਰਿਆਂ ਦੀ ਛੱਤਾਂ ਬਾਰਿਸ਼ਾਂ ਦੇ ਵਿੱਚ ਕਿੰਨੇ ਪਰੇਸ਼ਾਨ ਹੋਣਗੇ ਉਸ ਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ।